ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਅਮਨ ਲੂਣਾ। ਗੱਲ ਕਰ ਲੈਂਦੇ ਹਾਂ ਸਾਈਬਰ ਠੱਗਾਂ ਦੀ। ਜਿਹੜੇ ਕਿ ਸਾਈਬਰ ਠੱਗ ਨੇ ਆਏ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਹੀ ਲੈਂਦੇ ਨੇ। ਤੁਹਾਨੂੰ ਦੱਸ ਦਈਏ, ਪੁਲਿਸ ਦੀ ਵੀ ਡੀਪੀ ਲਾਉਂਦੇ ਆ ਕਈ ਵਾਰ, ਕੋਈ ਮੰਤਰੀਆਂ ਦੀ ਡੀਪੀ ਲਾਉਂਦੇ ਆ, ਅਤੇ ਕਈ ਵਾਰ ਜੱਜਾਂ ਦੀ ਵੀ ਡੀਪੀ ਲਾ ਕੇ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਜਾਣ ਪਛਾਣ ਵਾਲਿਆਂ ਨੂੰ ਪੈਸੇ ਮੰਗੇ ਜਾਂਦੇ ਉਹਨਾਂ ਦੇ ਨਾਮ ਤੋਂ। ਅਤੇ ਹੁਣ ਤਾਂ ਠੱਗ ਮੀਡੀਆ ਤੱਕ ਵੀ ਪਹੁੰਚ ਗਏ ਹੈ। ਸਾਡੇ ਨਾਲ ਦੈਨਿਕ ਸਵੇਰਾ ਦੇ ਐਜੂਕੇਸ਼ਨ ਰਿਪੋਰਟਰ ਨੀਨਾ ਸ਼ਰਮਾ ਮੌਜੂਦ ਨੇ। ਇਹਨਾਂ ਨੂੰ ਵੀ ਠੱਗਾਂ ਨੇ ਕੋਸ਼ਿਸ਼ ਕੀਤੀ ਠੱਗਣ ਦੀ, ਲੇਕਿਨ ਇਹਨਾਂ ਦੀ ਸਮਝਦਾਰੀ ਨਾਲ ਇਹ ਠੱਗੇ ਨਹੀਂ ਗਏ। ਅਤੇ ਇਹਨਾਂ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਇਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ। ਹਾਂਜੀ ਨੀਨਾ ਜੀ, ਕਿੱਦਾਂ ਇਹ ਤੁਹਾਨੂੰ ਮੈਸੇਜ ਆਇਆ, ਕਿਆ ਪੂਰੀ ਗੱਲ ਦੱਸੋ ਸਾਨੂੰ। ਇਸ ਤਰ੍ਹਾਂ ਹੈ ਕਿ ਮੇਰੇ ਘਰ ਦੇ ਨੰਬਰ 'ਤੇ ਇਹ ਲੈਟਰ ਆਇਆ, ਰਜਿਸਟਰਡ ਪੋਸਟ, ਅਤੇ ਇਹਦੇ ਵਿੱਚ ਮੇਰਾ ਫੋਨ ਨੰਬਰ ਲਿਖਿਆ ਹੈ, ਮੇਰਾ ਐਡਰੈਸ ਹੈਗਾ, ਔਰ ਇਹ ਮੇਰੇ ਘਰ ਪਹੁੰਚਦਾ ਲੈਟਰ। ਜਦ ਮੈਂ ਇਸ ਲੈਟਰ ਨੂੰ ਖੋਲ੍ਹਿਆ ਅਤੇ ਇਹਦੇ ਵਿੱਚ ਇੱਕ ਇਹ ਲੈਟਰ ਹੈ, ਔਰ ਇਹ ਪ੍ਰਾਈਜ਼ ਹੈਗੀ ਹੈ, ਮੇਰਾ ਲਿਖਿਆ ਹੈ ਕਿ ਕੈਸ਼ ਪ੍ਰਾਈਜ਼ ਮੈਂ 1 ਲੱਖ ਰੁਪਇਆ। ਇਹ ਸਾਡੇ ਕੈਮਰਾ ਮੈਨੂੰ ਦਿਖਾਓ ਤੁਸੀਂ। ਹਾਂ, ਇਹ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਦੱਸਿਆ ਕਿ ਜਿੱਤੇ ਹੈ ਤੁਸੀਂ, ਠੀਕ ਹੈ। ਫਿਰ ਇਹਦੇ ਵਿੱਚ ਨਾਲ ਹੀ ਲਿਖਿਆ ਤੁਸੀਂ ਸਕਰੈਚ ਕਰੋ ਇਹਨੂੰ। ਇਹਨੂੰ ਸਕਰੈਚ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਤੁਹਾਡਾ 10 ਲੱਖ ਹੋਰ ਹੈ, ਮਤਲਬ ਟੋਟਲ 11,000 ਦਾ ਇਨਾਮ ਹੈਗਾ। ਫਿਰ ਇੱਕ ਇਹਦੇ ਵਿੱਚ ਲੈਟਰ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਤੁਹਾਡਾ ਇਹਦੇ 'ਚ ਲੱਕੀ ਕੂਪਨ ਹੈਗਾ, ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਫਿਰ SMS ਕਰਨਾ ਅਤੇ ਉਹਨਾਂ ਨੂੰ ਆ ਦਿਖਾਉਣਾ ਹੈਗਾ, ਠੀਕ ਹੈ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਮੈਂ ਮੀਸ਼ੋ ਤੋਂ ਰੈਗੂਲਰ ਸ਼ੋਪਿੰਗ ਕਰਦੀ ਹਾਂ, ਠੀਕ ਹੈ, ਰੈਗੂਲਰ ਸ਼ੋਪਿੰਗ ਕਰਦੀ ਹੈ। ਔਰ ਮੈਂ ਜਦ ਇਹ ਲੈਟਰ ਦੇਖਿਆ ਤਾਂ ਇੱਕ ਵਾਰ ਤਾਂ ਲੱਗਿਆ ਕਿ ਹਾਂ ਮੀਸ਼ੋ ਤੋਂ ਸ਼ੋਪਿੰਗ ਕਰਦੀ ਹੈ ਕਿ ਉਹਨਾਂ ਨੇ, ਲੇਕਿਨ ਇੰਨਾ ਅਮਾਊਂਟ ਮੈਨੂੰ ਕਿਤੇ ਨਾ ਕਿਤੇ ਲੱਗਿਆ ਕਿ ਨਹੀਂ ਕੁਛ ਫਰੋਡ ਹੈ। ਅਤੇ ਮੈਮ ਸਾਨੂੰ ਇੱਕ ਗੱਲ ਇਹ ਦੱਸੋ ਵੀ ਇਹਦੇ ਵਿੱਚ ਜਿਹੜਾ ਇਹ ਲੈਟਰ ਤੁਹਾਡੇ ਕੋਲ ਰਿਸੀਵ ਹੋਇਆ, ਤੁਹਾਨੂੰ ਲੈਟਰ ਮਿਸ਼ੂ ਦੀ ਤਰਫ ਤੋਂ ਆਇਆ ਲੈਟਰ, ਇਹਦੇ ਵਿੱਚ ਲੈਟਰ 'ਚ ਕੀ ਡਿਮਾਂਡ ਉਹਨਾਂ ਨੇ ਕੀਤੀ ਹੈ, ਤੁਹਾਨੂੰ 11 ਲੱਖ ਕਿਵੇਂ ਮਿਲੇਗਾ ਅਤੇ ਕਿਵੇਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਨੂੰ। ਹਾਂ, ਫਿਰ ਮੈਂ ਕਿਆ ਕੀਤਾ, ਇਸ ਨੰਬਰ 'ਤੇ ਕਾਲ ਵੀ ਕੀਤੀ, ਮੈਸੇਜ ਵੀ ਕੀਤਾ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਨਾ ਆਪਣਾ ਇਹਨਾਂ 'ਤੇ ਬੈਂਕ ਅਕਾਊਂਟ ਅਤੇ ਉਹਦਾ IFSC ਕੋਡ ਨੰਬਰ ਅਤੇ ਨਾਮ ਲਿਖ ਕੇ ਉਹਨਾਂ ਨੂੰ ਭੇਜਾਂ, ਉਸ ਤੋਂ ਬਾਅਦ ਉਹ ਮੇਰੇ ਅਕਾਊਂਟ 'ਚ ਕੁਛ ਫਾਰਮੈਲਿਟੀ ਤੋਂ ਬਾਅਦ ਅਮਾਊਂਟ ਪਾਉਣਗੇ। ਜਦਕਿ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਇਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਕਿ ਜਿਹੜਾ ਤੁਹਾਨੂੰ ਅਮਾਊਂਟ ਮਿਲੇਗਾ ਉਹਦੇ ਵਿੱਚ ਜਿਹੜਾ ਵੀ ਟੈਕਸ ਹੋਣਗੇ ਸਾਰੇ ਮੈਂ ਪੇ ਕਰਨੇ ਹੈਗੇ ਹੈ, ਔਰ ਜਿਹੜੀ ਅਮਾਊਂਟ ਟੈਕਸ ਦੀ ਹੈਗੀ ਹੈ ਉਹ ਮੇਰੀ ਜਿਹੜੀ ਜਿੱਤੀ ਹੋਈ ਮਤਲਬ ਰਾਸ਼ੀ ਹੈ 11 ਲੱਖ, ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਐਡਜਸਟ ਨਹੀਂ ਹੋਏਗੀ, ਮਤਲਬ ਕਿ ਪਹਿਲਾਂ ਮੈਂ ਪੈਸੇ ਦੇਵਾਂਗੀ ਤਦ ਜਾ ਕੇ ਮੈਨੂੰ 11 ਲੱਖ ਮਿਲੇਗਾ। ਜਿੱਥੋਂ ਸਾਫ਼ ਕਲੀਅਰ ਹੈ ਕਿ ਅਸੀਂ ਇਹ ਇੱਕ ਫਰੋਡ ਦਾ ਇੰਡੀਕੇਸ਼ਨ ਹੈਗਾ ਮੈਨੂੰ, ਮਤਲਬ ਜਿਸ ਤੋਂ ਲੱਗਦਾ ਹੈ, ਅਤੇ ਮੈਂ ਅਜੇ ਤੱਕ ਉਹਨਾਂ ਨੂੰ ਇਸ ਬਾਰੇ ਕੋਈ ਉਹ ਨਹੀਂ ਕਰਿਆ ਹੈਗਾ, ਲੇਕਿਨ ਇਹਦੇ 'ਚ ਸਾਰਾ ਪੜ੍ਹਨ ਤੋਂ ਪਤਾ ਲੱਗ ਰਿਹਾ ਕਿ ਇਹਨਾਂ ਨੇ ਫਰੋਡ ਕੀਤਾ। ਅਤੇ ਮੈਨੂੰ ਲੱਗਦਾ ਕਿ ਚਲੋ ਮੈਂ ਅਖਬਾਰ 'ਚ ਹੈ ਅਤੇ ਮੈਨੂੰ ਇਹਦੇ ਬਾਰੇ ਪਤਾ ਹੈ ਔਰ ਮੈਂ ਇਹਨੂੰ ਬਰੀਕੀ ਨਾਲ ਪੜ੍ਹਿਆ ਹੈ, ਲੇਕਿਨ ਇਸ ਤਰ੍ਹਾਂ ਇੱਕ ਨਵਾਂ ਤਰੀਕਾ ਹੈਗਾ ਉਹਦੀ ਰਜਿਸਟਰਡ ਪੋਸਟ ਹੈ। ਅਤੇ ਮੈਮ ਤੁਸੀਂ ਦੱਸੋ ਹੋਰ ਤੁਸੀਂ ਕਿ ਇਸ ਆਪਾਂ ਜਿਹੜੇ ਫਰੋਡ ਹੋ ਰਹੇ ਹੈ ਜਿਸ ਤਰ੍ਹਾਂ ਨਵਾਂ ਤਰੀਕਾ ਠੱਗਾਂ ਨੇ ਅਪਣਾਇਆ, ਅਤੇ ਆਪਾਂ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਹਾਂ, ਤੁਸੀਂ ਲੋਕਾਂ ਨੂੰ ਕਿੱਦਾਂ ਅਵੇਅਰ ਕਰਨ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਨੂੰ ਇਹ ਲੱਗਦਾ ਹੈ ਕਿ ਜਦ ਵੀ ਅਗਰ ਇਸ ਤਰ੍ਹਾਂ ਦਾ ਕੋਈ ਲੈਟਰ ਜਾਂ ਕੋਈ ਫੋਨ ਜਾਂ ਕੁਛ ਵੀ ਆਉਂਦਾ ਹੈ ਤਾਂ ਇੱਕਦਮ ਅਸੀਂ ਇਹ ਸੋਚ ਕੇ ਕਿ ਬਹੁਤ ਸਾਰੀ ਅਮਾਊਂਟ ਆ ਰਹੀ ਹੈ ਜਾਂ ਸਾਨੂੰ ਕੋਈ ਇਨਾਮ ਮਿਲ ਰਿਹਾ, ਮਤਲਬ ਇੱਕਦਮ ਇੰਨਾ ਪੈਸਾ ਦੇ ਕੇ ਨਾ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ, ਆਪਣੀ ਫੈਮਿਲੀ ਨਾਲ, ਆਪਣੇ ਕਲੀਗਸ ਨਾਲ 2-4 ਨਾਲ ਘਰ 'ਚ ਗੱਲ ਕਰੋ ਤਾਂ ਕਿ ਤੁਸੀਂ ਇਸ ਤੱਕ ਪਹੁੰਚ ਸਕੋ ਕਿ ਇਹ ਸਹੀ ਹੈ ਗਲਤ ਹੈ, ਕਿਉਂਕਿ ਜਦ ਅਸੀਂ 2-3 ਬੰਦਿਆਂ ਨਾਲ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਹਰ ਬੰਦੇ ਦੀ ਸੁਜੈਸ਼ਨ ਹੁੰਦੀ ਹੈ ਤਾਂ ਅਸੀਂ ਇਸ ਫਰੋਡ ਤੋਂ ਬਚ ਸਕਦੇ ਹਾਂ, ਔਰ ਇਸ ਤਰ੍ਹਾਂ ਦੇ ਵੀਡੀਓਜ਼ ਖਬਰਾਂ ਜਾਂ ਵਾਇਰਲ ਦੇ ਰਾਹੀਂ ਲੋਕਾਂ ਤੱਕ ਪਹੁੰਚਣੀ ਚਾਹੀਦੀ। ਤੇ ਤੁਸੀਂ ਮੈਮ ਸ਼ੋਪਿੰਗ ਕਰਦੇ ਹੋ ਮੀਸ਼ੋ ਤੋਂ? ਹਾਂ, ਬਸ ਮੈਨੂੰ ਸਿਰਫ ਇਹ ਹੈ, ਇਹ ਵੀ ਹੈਰਾਨਗੀ ਦੀ ਗੱਲ ਹੈ ਕਿ ਮੇਰੀ ਮੀਸ਼ੋ ਤੋਂ ਬਹੁਤ ਸ਼ੋਪਿੰਗ ਹੁੰਦੀ ਹੈ, ਮਤਲਬ ਮਹੀਨੇ 'ਚ 10-15 ਚੀਜ਼ਾਂ ਮੇਰੇ ਮੀਸ਼ੋ ਤੋਂ ਆਉਂਦੀਆਂ ਹੈਗੀਆਂ,
ਔਰ ਇਹ ਮੈਨੂੰ ਸ਼ੱਕ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਡਾਟਾ, ਜਦੋਂ ਅਸੀਂ ਸ਼ੋਪਿੰਗ ਕਰਦੇ ਹਾਂ ਕਿ ਮੈਂ ਮੀਸ਼ੋ ਤੋਂ ਸ਼ੋਪਿੰਗ ਕਰ ਰਹੀ ਹਾਂ, ਬਿਲਕੁਲ ਸਹੀ ਹੈ, ਮੇਰਾ ਫੋਨ ਨੰਬਰ ਹੈਗਾ, ਮੇਰਾ ਐਡਰੈਸ ਹੈ, ਸਾਡਾ ਡਾਟਾ ਵੀ ਕਿਤੇ ਨਾ ਕਿਤੇ ਔਨਲਾਈਨ ਸ਼ੋਪਿੰਗ ਤੋਂ ਜਾ ਰਿਹਾ ਹੈਗਾ ਇਹਨਾਂ ਫਰੋਡ ਲੋਕਾਂ ਕੋਲੋਂ। ਠੀਕ ਹੈ, ਮੈਨੂੰ ਇਸ ਤਰ੍ਹਾਂ ਲੱਗਦਾ। ਅਤੇ ਹੋਰ ਮੈਮ, ਤੁਸੀਂ ਹੋਰ ਕੋਈ ਨਵਾਂ ਤਰੀਕਾ ਕੋਈ ਦੱਸ ਸਕਦੇ ਹੋ ਜਿਹਦੇ ਨਾਲ ਆਪਾਂ ਲੋਕਾਂ ਨੂੰ ਅਵੇਅਰ ਹੀ ਕਰਨਾ ਹੈ, ਵੀ ਲੋਕ ਅਵੇਅਰ ਜ਼ਿਆਦਾ ਤੋਂ ਜ਼ਿਆਦਾ ਰਹਿ ਸਕਣ ਸਾਈਬਰ ਫਰੋਡ ਦੇ ਪ੍ਰਤੀ? ਬਸ ਅਵੇਅਰਨੈਸ ਦਾ ਇਹੀ ਤਰੀਕਾ ਹੈ ਕਿ ਅਗਰ ਇਸ ਤਰ੍ਹਾਂ ਦਾ ਕੁਛ ਆਉਂਦਾ ਹੈ ਤਾਂ ਤੁਸੀਂ ਮਤਲਬ ਬੜੀ ਸੂਝਬੂਝ ਨਾਲ ਉਹਨੂੰ ਧਿਆਨ ਨਾਲ ਪੜ੍ਹੋ, ਗੱਲ ਕਰੋ ਔਰ ਡਿਸਕਸ ਜ਼ਰੂਰ ਕਰੋ। ਡਿਸਕਸ ਕਰਨ ਨਾਲ ਕਿਤੇ ਨਾ ਕਿਤੇ ਫਰੋਡ, ਹੁਣ ਅਗਰ ਮੈਂ ਇਹਨੂੰ ਅੱਛੀ ਤਰ੍ਹਾਂ ਨਹੀਂ ਪੜ੍ਹਦੀ ਔਰ ਸਿਰਫ ਇੱਕ 11 ਲੱਖ ਰੁਪਈਆ ਦੇਖ ਕੇ ਸੋਚਦੀ ਕਿ ਆ ਗਿਆ ਔਰ ਮੈਂ ਇਹਨਾਂ ਨੂੰ ਭੇਜ ਦਿੰਦੀ ਸਾਰੇ ਜੋ ਇਹ ਚੀਜ਼ਾਂ ਮੰਗਦੇ ਹੈ, ਤਾਂ ਮੈਂ ਉਹਨਾਂ ਦੇ ਉਹਦੇ 'ਚ ਫਸ ਸਕਦੀ ਸੀ। ਲੇਕਿਨ ਮੈਨੂੰ ਇਹਨੂੰ ਬੜੀ ਕਲੀਅਰਿਟੀ ਨਾਲ ਦੇਖੋ ਪੜ੍ਹਿਆ ਹੈ, ਇਹਨੂੰ ਪੜ੍ਹਿਆ, ਇਹਦੇ 'ਚ ਲਿਖਿਆ ਹੈ ਕਿ ਤੁਸੀਂ ਕਿਵੇਂ ਕਿਵੇਂ ਸਾਨੂੰ ਕਰਨਾ ਹੈਗਾ। ਇਹਦੇ ਵਿੱਚ ਫਸਣ ਦਾ ਤਰੀਕਾ ਹੈਗਾ ਕਿ ਮੈਂ ਉਹਨਾਂ ਨੂੰ ਪਹਿਲਾਂ ਪੇ ਕਰਾਂਗੀ, ਹੈ ਨਾ, ਜਿਹੜਾ ਟੈਕਸ ਹੈ ਪੇ ਕਰਾਂਗੀ, ਉਸ ਤੋਂ ਬਾਅਦ ਮੈਨੂੰ ਜਾ ਕੇ ਮਿਲੇਗਾ। ਡੈਫੀਨੇਟਲੀ ਇੱਥੋਂ ਦੀ ਬਿਲਕੁਲ ਕਲੀਅਰ ਹੈ, ਇੰਡੀਕੇਸ਼ਨ ਹੈਗੀ ਹੈ ਇੱਕ ਫਰੋਡ ਦੀ, ਮਤਲਬ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈਗਾ ਔਰ ਇਹ ਹਰ ਕਿਸੇ ਨੂੰ ਸਮਝਣਾ ਚਾਹੀਦਾ ਇਸ ਚੀਜ਼ ਨੂੰ। ਇਹ ਸੀ ਸਾਡੇ ਨਾਲ ਦੈਨਿਕ ਸਵੇਰਾ ਦੇ ਐਜੂਕੇਸ਼ਨ ਰਿਪੋਰਟਰ ਮੈਡਮ ਨੀਨਾ ਸ਼ਰਮਾ, ਜਿਨ੍ਹਾਂ ਨੇ ਦੱਸਿਆ ਵੀ ਇਹ ਠੱਗ ਇਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਸੀ, ਲੇਕਿਨ ਕਿਸੇ ਤਰੀਕੇ ਬਚ ਗਏ। ਸਾਡੇ ਨਾਲ ਦੈਨਿਕ ਸਵੇਰਾ ਦੇ ਸਰਕੂਲੇਸ਼ਨ ਦੇ ਮੈਡਮ ਹੈ, ਉਹ ਵੀ ਮੌਜੂਦ ਨੇ, ਠੱਗਾਂ ਵੱਲੋਂ ਉਹਨਾਂ ਨੂੰ ਵੀ ਠੱਗਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਠੱਗਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਮੈਸੇਜ ਭੇਜੇ ਅਤੇ ਕਿੱਦਾਂ ਠੱਗਣ ਦੀ ਕੋਸ਼ਿਸ਼ ਕੀਤੀ ਗਈ। ਨੀਰਵ ਜੀ, ਕਿਸ ਤਰ੍ਹਾਂ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ? ਸਵੇਰੇ ਮੈਂ ਆਫਿਸ ਆਉਂਦੀ ਹਾਂ, ਮੈਨੂੰ ਆਫਿਸ 'ਚ ਫੋਨ ਆਉਂਦਾ ਅਨਨੋਨ ਨੰਬਰ ਤੋਂ, ਮੈਂ ਫੋਨ ਪਿੱਕ ਕੀਤਾ ਤਾਂ ਉਹ ਕਹਿ ਰਹੇ ਨਮਸਤੇ ਨੀਲਮ ਬੇਟਾ, ਮੈਂ ਕਿਹਾ ਹਾਂਜੀ, ਕਹਿ ਰਹੇ ਮੈਂ LIC ਤੋਂ ਪੰਕਜ ਬੋਲ ਰਿਹਾ ਅਤੇ ਮੈਨੂੰ ਤੁਹਾਡੇ ਫਾਦਰ ਨੇ ਨੰਬਰ ਦਿੱਤਾ ਕਿ ਮੇਰਾ ਗੂਗਲ ਪੇ ਨੰਬਰ ਨਹੀਂ ਚੱਲਦਾ ਅਤੇ ਤੁਸੀਂ ਮੇਰੀ ਬੇਟੀ ਦੇ ਅਕਾਊਂਟ 'ਚ ਪੈਸੇ ਟ੍ਰਾਂਸਫਰ ਕਰ ਦਿਓ। ਮੈਨੂੰ 2 ਮਿੰਟ ਲਈ ਇਹ ਲੱਗਾ ਕਿ ਫਰੋਡ ਹੈ, ਮੈਨੇ ਕਿਹਾ ਅੱਛਾ, ਮੈਨੇ ਕਿਹਾ ਕੋਈ ਨਹੀਂ, ਮੇਰੇ ਫਾਦਰ ਦਾ ਨਾਮ ਦੱਸੋ ਤੁਸੀਂ, ਕਹਿੰਦੇ ਰੋਸ਼ਨ ਲਾਲ, ਮੈਨੂੰ ਮੇਰੇ ਫਾਦਰ ਦਾ ਨਾਮ ਰੋਸ਼ਨ ਲਾਲ ਹੈ, ਕਹਿ ਰਹੇ ਉਹਨਾਂ ਨੇ ਬੇਟਾ ਮੈਂ ਮਤਲਬ LIC ਤੋਂ ਹੀ ਬੋਲ ਰਿਹਾ, ਉਹਨਾਂ ਨੇ ਕਿਹਾ ਕਿ ਮੇਰੇ ਅਕਾਊਂਟ 'ਚ ਤਾਂ ਨਹੀਂ ਚੱਲਦਾ ਮੇਰਾ ਗੂਗਲ ਪੇ, ਅਤੇ ਮੇਰੀ ਬੇਟੀ ਦੇ ਅਕਾਊਂਟ 'ਚ ਇੱਦਾਂ ਦਾ ਕੋਈ ਫਰੋਡਬਾਜ਼ੀ ਨਹੀਂ ਹੈਗੀ। ਮੈਂ ਕਿਹਾ ਅੱਛਾ, ਅਤੇ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਕਰ ਦਿਓ, ਮੈਨੂੰ ਇਹ ਲੱਗਾ ਕਿ ਪੈਸੇ ਆ ਰਹੇ ਆ, ਤਾਂ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਮੇਰੇ ਅਕਾਊਂਟ 'ਚ ਕਰ ਦਿਓ, ਕਹਿੰਦੇ ਇਹੋ ਹੀ ਨੰਬਰ ਹੈ ਤੁਹਾਡਾ ਗੂਗਲ ਪੇ? ਮੈਂ ਕਿਹਾ ਹਾਂਜੀ ਇਹੀ ਹੈ, ਕਹਿ ਰਹੇ ਅੱਛਾ ਠੀਕ ਹੈ। ਉਹਨਾਂ ਨੇ ਮੇਰੇ ਗੂਗਲ ਪੇ 'ਤੇ, ਮੈਂ ਫੋਨ 'ਤੇ ਗੱਲ ਕਰ ਰਹੀ ਸੀ ਤਾਂ ਮੈਨੂੰ ਨਾਲ ਹੀ ਮੈਸੇਜ ਆਉਂਦਾ 20,000 ਦਾ, ਉਸ ਤੋਂ ਬਾਅਦ ਮੈਂ ਦੇਖਿਆ ਮੈਂ ਇੱਕਦਮ ਮੈਸੇਜ ਕਿ ਹਾਂ ਮੈਨੂੰ 20,000 ਦਾ ਮੈਸੇਜ ਆਇਆ, ਉਸ ਤੋਂ ਬਾਅਦ ਨਾਲ ਹੀ ਉਹ ਦੂਸਰੀ ਵਾਰੀ ਫਿਰ ਟ੍ਰਾਂਜੈਕਸ਼ਨ ਕਰਦੇ ਆ 50,000 ਦੀ, ਤਾਂ ਉਹ ਕਹਿ ਰਹੇ ਉਹ ਬੇਟਾ ਗਲਤੀ ਨਾ 20,000 25 ਕਰਨਾ ਸੀਗਾ, 25 ਕਰਨਾ ਸੀਗਾ ਅਤੇ 50 ਜ਼ਿਆਦਾ ਹੋ ਗਿਆ, ਅਤੇ ਤੁਸੀਂ ਬਾਕੀ ਦੇ ਪੈਸੇ ਮੈਨੂੰ ਟ੍ਰਾਂਸਫਰ ਕਰ ਦਿਓ, ਮੇਰਾ ਇਹ ਗੂਗਲ ਪੇ ਨੰਬਰ ਹੈ ਅਤੇ ਤੁਸੀਂ ਟ੍ਰਾਂਸਫਰ ਕਰ ਦਿਓ। ਆਹ ਮੈਨੂੰ ਮੈਸੇਜ ਵੀ ਆਇਆ ਹੋਇਆ ਅਤੇ ਫਿਰ ਉਸ ਤੋਂ ਬਾਅਦ ਮੈਂ ਦੇਖਦੀ ਹਾਂ, ਮੈਨੂੰ ਇੱਦਾਂ ਲੱਗਦਾ ਕਿ ਮੈਸੇਜ ਕਿ ਸੱਚੀ ਦਾ ਉਹ ਮੈਸੇਜ ਹੈ ਕਿ ਮੇਰੇ ਅਕਾਊਂਟ 'ਚ ਪੈਸੇ ਆਏ ਆ। ਫਿਰ ਉਹ ਮੇਰੇ ਨਾਲ ਇੱਕ ਮੈਡਮ ਬੈਠੇ ਸੀਗੇ, ਉਹ ਕਹਿ ਰਹੇ ਮੈਨੂੰ ਪਿੱਛੇ ਕਹਿ ਰਹੇ ਕਿ ਤੁਸੀਂ ਇੱਕ ਵਾਰੀ ਆਪਣੇ ਫਾਦਰ ਨੂੰ ਪੁੱਛ ਲਓ ਕਿ ਵਾਕਈ ਉਹ ਮੈਸੇਜ ਗੂਗਲ ਪੇ 'ਚ ਤੁਹਾਡੇ ਪੈਸੇ ਆਏ ਵੀ ਹੈ ਕਿ ਨਹੀਂ। ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ, ਮੈਂ ਤੁਹਾਨੂੰ ਜੋ ਪੈਸੇ ਹੈਗੇ ਆ ਉਹ ਮੈਂ ਟ੍ਰਾਂਸਫਰ ਕਰਦੀ ਹਾਂ, ਪਹਿਲਾਂ ਮੈਂ ਇੱਕ ਵਾਰੀ ਫੋਨ ਕਨਫਰਮ ਕਰ ਲੈਂਦੀ ਹਾਂ। ਉਸ ਤੋਂ ਬਾਅਦ ਫੋਨ ਕੱਟਦੀ ਹਾਂ ਅਤੇ ਮੈਂ ਆਪਣੇ ਫਾਦਰ ਕੋਲ ਕਨਫਰਮ ਕਰਦੀ ਹਾਂ, ਬਟ ਉਹ ਕਹਿੰਦੇ ਕਿ ਨਹੀਂ ਇੱਦਾਂ ਦਾ ਸੀ, ਕੁਛ ਵੀ ਨਹੀਂ ਸੀਗਾ। ਇਸ ਤਰ੍ਹਾਂ ਮੈਨੂੰ ਮੈਸੇਜ ਆਇਆ ਕਿ ਉਹ ਜਿਹੜਾ ਮੈਸੇਜ ਸੀਗਾ ਰੀਅਲ ਲੱਗ ਰਿਹਾ ਸੀ ਬਿਲਕੁਲ। ਇਹ ਦੇਖੋ ਜੀ, ਨੀਲਮ ਸ਼ਰਮਾ ਸਾਡੇ ਨਾਲ ਮੌਜੂਦ ਸੀਗੇ, ਜਿਹੜੇ ਕਿ ਦੈਨਿਕ ਸਵੇਰਾ ਦੇ ਸਰਕੂਲੇਸ਼ਨ ਡਿਪਾਰਟਮੈਂਟ 'ਚ ਤੈਨਾਤ ਨੇ, ਅਤੇ ਇਹਨਾਂ ਨੂੰ ਵੀ ਇੱਕ ਠੱਗਾਂ ਵੱਲੋਂ ਮੈਸੇਜ ਭੇਜ ਕੇ 20,000 ਦਾ ਮੈਸੇਜ ਭੇਜਿਆ ਗਿਆ, ਫਿਰ 50,000 ਦਾ ਮੈਸੇਜ ਭੇਜਿਆ ਗਿਆ, ਟੋਟਲ ਅਮਾਊਂਟ ਦਾ ਇਹ ਮੈਸੇਜ ਭੇਜ ਕੇ ਇਹਨਾਂ ਨੂੰ ਕਿਹਾ ਗਿਆ ਕਿ ਵੀ ਅਸੀਂ ਪੈਸੇ ਜ਼ਿਆਦਾ ਪਾ ਦਿੱਤੇ ਆ, ਇਹ LIC ਦੇ ਪੈਸੇ ਹੈ, ਤੁਹਾਡੇ ਫਾਦਰ ਨੇ LIC ਕਰਾਈ ਗਈ ਹੈ, ਅਤੇ ਇਹਨਾਂ ਦੇ ਫਾਦਰ ਦਾ ਰੋਸ਼ਨ ਲਾਲ ਨਾਮ ਵੀ ਉਹ ਜਾਣਦੇ ਸੀ ਠੱਗ ਪਹਿਲਾਂ ਤੋਂ ਹੀ। ਅਤੇ ਤੁਸੀਂ ਦੇਖੋ ਕਿਤੇ ਨਾ ਡਾਟਾ ਜਿਹੜਾ ਹੈ ਨਾ ਉਹ ਲੀਕ ਹੋ ਰਿਹਾ, ਜਿਹੜਾ ਡਾਟਾ ਲੀਕ ਹੋਣ ਦੇ ਕਾਰਨ ਹੀ ਇਹ ਜਿਹੜੇ ਠੱਗ ਹੈ ਇਹ ਜਿਹਨਾਂ ਕੋਲ ਇਨਫੋਰਮੇਸ਼ਨ ਜ਼ਿਆਦਾ ਕਲੈਕਟ ਹੋ ਜਾਂਦੀ ਹੈ ਅਤੇ ਇਹ ਠੱਗੀ ਆਸਾਨੀ ਨਾਲ ਕਰ ਪਾਉਂਦੇ ਹੈ।
ਲੇਕਿਨ ਤੁਹਾਨੂੰ ਦੱਸ ਦਈਏ, ਤੁਹਾਨੂੰ ਲਗਾਤਾਰ ਅਸੀਂ ਅਵੇਅਰ ਕਰਨ ਵਾਸਤੇ ਦੱਸ ਰਹੇ ਹਾਂ ਕਿ ਵੀ ਤੁਸੀਂ ਲੋਕ ਅਵੇਅਰ ਆਪਣੇ ਆਪ ਰਹਿ ਸਕੋ। ਜੇ ਕੋਈ ਇੱਦਾਂ ਦਾ ਮੈਸੇਜ ਆਉਂਦਾ ਸਾਨੂੰ, ਸਾਡੇ ਨਾਲ ਜਿਹੜੇ ਐਜੂਕੇਸ਼ਨ ਦੇ ਰਿਪੋਰਟਰ ਸੀਗੇ ਨੀਰਜ ਸ਼ਰਮਾ, ਉਹਨਾਂ ਨੇ ਵੀ ਦੱਸਿਆ ਵੀ ਅਗਰ ਤੁਹਾਨੂੰ ਕੋਈ ਇੱਦਾਂ ਦਾ ਮੈਸੇਜ ਆਉਂਦਾ ਹੈ ਤਾਂ ਪਹਿਲੀ ਗੱਲ ਤਾਂ ਕੋਈ ਫ੍ਰੀ 'ਚ ਤੁਹਾਨੂੰ 11 ਲੱਖ ਰੁਪਏ ਨਹੀਂ ਦੇਗਾ। ਦੂਜੀ ਗੱਲ, ਅਗਰ ਤੁਹਾਨੂੰ ਕੋਈ ਅਗਰ ਇੱਦਾਂ ਦਾ ਮੈਸੇਜ ਆਉਂਦਾ ਵੀ ਹੈ ਤਾਂ ਤੁਸੀਂ ਲੋਕ ਆਪਣੇ ਕੋਈ ਜਾਣਕਾਰ, ਕੋਈ ਰਿਸ਼ਤੇਦਾਰ, ਆਪਣੇ ਕੋਈ ਫਾਦਰ ਮਦਰ ਨਾਲ ਇਹਨੂੰ ਡਿਸਕਸ ਕਰ ਸਕਦੇ ਹੈ, ਜਾਂ ਡਿਸਕਸ ਕਰਨ ਤੋਂ ਬਾਅਦ ਹੀ ਤੁਸੀਂ ਕੁਛ ਅਗਲਾ ਫੈਸਲਾ ਲਓ ਤਾਂ ਕਿ ਤੁਸੀਂ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕੋ। ਹੈਲੋ, ਨਮਸਕਾਰ ਸਰ, ਇਹ ਮੀਸ਼ੋ ਸੇ ਬੋਲ ਰਹੇ ਆਪ? ਸਰ ਮੈਂ ਨਾ ਚੰਡੀਗੜ੍ਹ ਸੇ ਬੋਲ ਰਹੀ ਹੂੰ। ਮੇਰੇ ਪਾਸ ਨਾ ਇੱਕ ਲੈਟਰ ਆਈ ਥੀ ਰਜਿਸਟਰਡ ਪੋਸਟ ਮੀਸ਼ੋ ਕੇ ਨਾਮ ਸੇ, ਜਿਸ ਮੇ ਲਿਖਾ ਹੈ ਕਿ ਮੁਝੇ 1 ਲੱਖ ਕਾ ਕੈਸ਼ ਪ੍ਰਾਈਜ਼ ਮਿਲਾ ਹੈ। ਜੀ ਬਿਲਕੁਲ ਸਹੀ ਹੈ। ਤੋ ਉਸਮੇ ਮੁਝੇ ਕਰਨਾ ਕਿਆ ਹੈ, ਬੋਲਾ ਥਾ ਸਕਰੈਚ ਕਰਨਾ ਹੈ, ਮੈਨੇ ਵੋ ਸਕਰੈਚ ਕੀਆ, ਉਸਮੇ ਵੀ ਲਿਖਾ ਹੈ ਕਿ ਯੂ ਵਿਨ 10 ਲੈਕਸ। ਤੋ ਨੈਕਸਟ ਸਟੈਪ ਕਿਆ ਹੈ, ਮੁਝੇ ਕੁਛ ਸਮਝ ਨਹੀਂ ਪਾ ਰਹੀ, ਇਹ ਕਈ ਫਰੋਡ ਹੈ ਜਾਂ ਸੱਚ ਮੇਂ ਨਿਕਲਾ ਹੈ? ਇਹ ਦਿਸ ਇਜ਼ ਰੀਅਲ, ਆਪਕੋ ਜੋ ਸਕਰੈਚ ਕੂਪਨ ਮਿਲਾ ਉਸਪੇ ਆਪਕਾ 10 ਲੱਖ ਬਤਾ ਰਹਾ ਹੈ। ਔਰ ਕਿਆ ਬਤਾ ਰਹਾ ਹੈ? ਉਸਮੇ ਲਿਖਾ ਹੈ ਕਿ ਹਮੇ SMS ਕਰਨਾ ਹੈ, SMS ਕਾ ਕੋਡ ਦੀਆ ਹੈ, ਵੋ ਹਮੇ ਕਹਾਂ ਪੇ SMS ਕਰਨਾ ਹੈ? ਜੀ ਜਿਸ ਨੰਬਰ ਤੇ ਅਭੀ ਬਾਤ ਕਰ ਰਹੇ ਹੈ ਨਾ, ਇਸੀ ਨੰਬਰ ਪੇ SMS ਕੋਡ ਔਰ ਜਿਸ ਨਾਮ ਸੇ ਲੈਟਰ ਮਿਲਾ ਵੋ ਨਾਮ, ਡਿਸਟ੍ਰਿਕਟ ਕਾ ਨਾਮ ਔਰ ਲੱਕੀ ਨੰਬਰ। ਅੱਛਾ, ਜਿਸ ਨੰਬਰ ਸੇ ਆਪਸੇ ਬਾਤ ਹੋ ਰਹੀ ਹੈ? ਹਾਂ ਜੀ ਹਾਂ ਜੀ, ਇਸੀ ਨੰਬਰ ਪੇ ਜਿਸ ਨਾਮ ਸੇ ਲੈਟਰ ਮਿਲਾ ਵੋ ਨਾਮ ਲਿਖਣਾ ਹੋਗਾ ਔਰ ਡਿਸਟ੍ਰਿਕਟ ਕਾ ਨਾਮ ਜੀ ਔਰ ਸਕ੍ਰੈਚ ਕੂਪਨ ਕਾ ਰਿਡੈਂਪਸ਼ਨ ਕੋਡ ਐਂਡ ਲੱਕੀ ਨੰਬਰ। ਠੀਕ ਹੈ ਜੀ, ਤੋ ਉਸਕੇ ਬਾਅਦ ਹਾਂ SMS ਕਰੇਂਗੇ, ਫਿਰ ਮੈਂ ਕੰਪਨੀ ਕੇ ਸਿਸਟਮ ਸੇ ਚੈੱਕ ਕਰਕੇ ਆਪਕੋ ਜਸਟ ਬੈਕ ਕਾਲ ਕਰੂੰਗਾ। ਓਕੇ, ਅੱਛਾ ਜੀ, ਠੀਕ ਹੈ, ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਹੈਲੋ ਹੈਲੋ ਸਰ, ਮੈਂ ਚੰਡੀਗੜ੍ਹ ਸੇ ਬੋਲ ਰਹੀ ਹੂੰ, ਮੈਨੇ ਆਪਕੋ ਨਾ ਮੈਸੇਜ ਕਰ ਦਿਆ ਹੈ, ਅਭੀ ਬਾਤ ਹੋਈ ਥੀ ਨਾ ਆਪਸੇ। ਜੀ ਜੀ ਜੀ, ਆਪਕੇ ਲੱਕੀ ਨੰਬਰ ਨਹੀਂ ਸੇਂਡ ਕੀਆ ਆਪਨੇ? ਹਾਂਜੀ, ਲੱਕੀ ਨੰਬਰ ਆਪਨੇ ਨਹੀਂ ਲਿਖਾ ਹੈ, ਲੱਕੀ ਨੰਬਰ ਜਹਾਂ ਪੇ ਹੈਲਪਲਾਈਨ ਨੰਬਰ ਲਿਖਾ ਥਾ ਨਾ ਸਰ, ਮੈਨੇ ਲਿਖਿਆ SMS ਕੋਡ ਹੈ, ਵੋ ਨਹੀਂ ਹੈ? SMS ਕੋਡ ਔਰ ਲੱਕੀ ਨੰਬਰ ਵੀ ਲਿਖਣਾ ਹੈ ਨਾ, ਲੱਕੀ ਨੰਬਰ ਇੱਕ ਬੜਾ ਸਾ ਪੇਜ ਹੈ ਨਾ ਵਾਈਟ ਕਲਰ ਦਾ। ਹਾਂਜੀ ਹਾਂਜੀ ਹੈ ਸਰ, ਉਸ ਤੇ ਵਨ ਸਾਈਡ ਹਿੰਦੀ ਔਰ ਵਨ ਸਾਈਡ ਇੰਗਲਿਸ਼ ਲਿਖਾ ਹੈ। ਇੰਗਲਿਸ਼ ਲਿਖਿਆ ਹੈ, ਹਾਂਜੀ, ਤੋ ਇੰਗਲਿਸ਼ ਕੇ ਸਾਈਡ ਮੇ ਆਪ ਦੇਖੇਂਗੇ ਹੈਲਪਲਾਈਨ ਨੰਬਰ ਕੇ ਬਗਲ ਪੇ ਲਿਖਾ ਹੋਗਾ ਲੱਕੀ ਨੰਬਰ। ਹਾਂਜੀ ਸਰ, ਉਸ ਮੇ ਲਿਖਾ ਹੈ B33 B-33। ਬਿਲਕੁਲ ਸਹੀ ਹੈ, ਨੀਨਾ ਸ਼ਰਮਾ ਜੀ, ਜੀ ਜੀ, ਚੰਡੀਗੜ੍ਹ ਹੈ ਨਾ? ਹਾਂਜੀ ਹਾਂਜੀ, ਆਪਣੇ ਜੀ ਜੀ, ਤੋ ਮੈਂ ਵੀ ਚੈੱਕ ਕਰ ਰਹਾ ਹੂੰ, ਤੋ ਆਪਕਾ ਜੋ ਲੱਕੀ ਨੰਬਰ ਹੈ ਬਿਲਕੁਲ ਸਹੀ ਹੈ, ਮੈਨੇ ਡਾਲਾ ਤੋ ਮੇਰੇ ਸਿਸਟਮ ਮੇ ਬਤਾ ਰਹਾ ਹੈ, ਮੇਰੇ ਕੰਪਨੀ ਕਾ ਜੋ ਸਕ੍ਰੈਚ ਕੂਪਨ ਮਿਲਾ ਆਪਕੋ। ਹਾਂਜੀ ਹਾਂਜੀ, ਉਸ ਤੇ ਆਪਕਾ ਬਤਾ ਰਹਾ ਹੈ ਯੂ ਬੋਰਨ ਰੁਪੀ 10 ਲੱਖ, SMS ਕੋਡ ਆਪਕਾ ਹੈ 1 2 3 MES। ਯੈਸ ਯੈਸ ਜੀ, ਪਲਸ ਕੰਪਨੀ ਕੀ ਤਰਫ ਸੇ 1 ਲੱਖ ਰੁਪੀਸ ਕਾ ਕੈਸ਼ ਬਿਲਿੰਗ ਸਰਟੀਫਿਕੇਟ ਮਿਲਾ ਹੈ ਆਪਕੇ ਨਾਮ ਕਾ। ਹਾਂਜੀ ਮਿਲਾ ਸਰ। ਜੀ ਜੀ, ਤੋ ਟੋਟਲ 10 + 1 11 ਲੱਖ ਰੁਪੀਸ ਆਪ ਜੀਤ ਚੁਕੀ ਹੈ, ਇਸਕੇ ਲਈ ਆਪਕੋ ਕੰਪਨੀ ਕੀ ਤਰਫ ਸੇ ਬਹੁਤ ਬਹੁਤ ਵਧਾਈਆਂ। ਥੈਂਕ ਯੂ ਸਰ। ਤੋ 11 ਲੱਖ ਰੁਪੀਸ ਆਪਕੇ ਅਕਾਊਂਟ ਮੇ ਆਨਲਾਈਨ RTGS ਕੇ ਮਾਧਿਅਮ ਸੇ ਟ੍ਰਾਂਸਫਰ ਕੀ ਜਾਏਗੀ। ਸਰ ਕਬ ਤੱਕ ਆ ਜਾਏਗੀ ਸਰ ਇਹ? ਕੱਲ ਸੁਬਹ 11 ਵਜੇ ਤੱਕ ਟ੍ਰਾਂਸਫਰ ਕੀ ਜਾਏਗੀ, ਜਿਸਕੇ ਲਈ ਕਿ ਆਪਕੋ ਆਪਣੇ ਬੈਂਕ ਕਾ ਅਕਾਊਂਟ ਨੰਬਰ, IFC ਕੋਡ ਐਂਡ ਅਕਾਊਂਟ ਹੋਲਡਰ ਨੇਮ ਆਪਕੋ ਮੈਸੇਜ ਕਰਨੇ ਹੋਂਗੇ। ਵੋ ਆਪਕੇ ਇਸੀ ਨੰਬਰ ਪੇ ਭੇਜਨਾ ਹੈ? ਯੈਸ ਯੈਸ, ਇਸੀ ਨੰਬਰ ਪੇ ਆਪ SMS ਕਰੇਂਗੇ ਤੋ ਟੁਡੇ ਆਪਕੀ ਫਾਈਲ ਡਾਕੂਮੈਂਟ ਕੰਪਲੀਟ ਕੀ ਜਾਏਗੀ। ਓਕੇ,
और टुमारो 10 to 11 उनको कंपनी का सीनियर अधिकारी ट्रांसफर करने के पहले आपको कॉल करेंगे, बात करेंगे, उसके बाद वो ट्रांसफर करेंगे। ओके ठीक है सर, ठीक है जी। ओके जी, जस्ट सेंड योर बैंक अकाउंट नंबर, आईएफएससी कोड एंड अकाउंट होल्डर नेम। ओके ओके सर, ओके जी, थैंक यू। ठीक है सर।